ਸਿਰਫ ਬੋਲ ਲਿਆ ਸ਼ਬਦਾਂ ਮਾਹੇ ਬਖਾਣੀਆਂ, ਮਹਾਰਾਜ ਨੇ ਕਹਿਤਾ। ਜੇ ਤੂੰ ਸਿਰਫ ਸ਼ਬਦਾਂ ਦੇ ਨਾਲ ਬਖਾਣਿਆ ਨਾ ਬੋਲਿਆ ਤਾਂ ਕੰਮ ਅਧੂਰਾ, ਹਜੇ ਨਾਮ ਵਿੱਚ ਨਹੀਂ ਲੱਗਿਆ। ਜੇ ਤੂੰ ਸਿਰਫ ਮੂੰਹ ਦੇ ਨਾਲ ਕਿਹਾ ਵਾਹਿਗੁਰੂ, ਰਾਮ, ਅੱਲਾ, ਖੁਦਾਏ, ਗੋਡ, ਹੋਰ ਵੀ ਜਿੰਨੇ ਨਾਮ ਨੇ, ਸਿਰਫ ਮੂੰਹ ਦੇ ਨਾਲ ਕਹਿ ਦਿੱਤੇ, ਕੰਨਾਂ ਰਾਹੀਂ ਸੁਣ ਕੇ ਅੱਗੇ ਮੂੰਹ ਦੇ ਨਾਲ ਤੂੰ ਬੋਲ ਦਿੱਤੇ, ਹਾਲੇ ਤਾਂ ਇਹ 33% ਕੰਮ ਹੋਇਆ। ਪਰ ਇਹ ਵੀ ਕਿਸੇ ਖਾਸ ਅਰਥ ਨਹੀਂ, ਜਦ ਤੱਕ ਜੜ ਨਹੀਂ ਲੱਗੀ ਮਨ ਦੇ ਵਿੱਚ, ਜਦੋਂ ਮੰਥਨ ਨਹੀਂ ਹੋਇਆ, ਕੰਨਾਂ ਨੇ ਸੁਣਿਆ, ਅੱਖਾਂ ਨੇ ਦੇਖਿਆ, ਤਵਚਾ ਨੇ ਛੂਹਿਆ ਅਤੇ ਦੁੱਖ ਸੁੱਖ ਮਹਿਸੂਸ ਕੀਤਾ, ਉਫ ਵਾਹ ਆਹ ਇਤਿਆਦਿ, ਜਦੋਂ ਇਹ ਸਾਰੇ ਮਿਲ ਕੇ ਤੈਨੂੰ ਮਜਬੂਰ ਕਰ ਦੇਣ, ਅੰਦਰ ਤੋਂ ਤੇਰੇ ਇੱਕ ਜਜ਼ਬਾਤ ਪੈਦਾ ਹੋ ਜਾਵੇ, ਕੀ ਆਖਣ ਦਾ, ਕੀਆ ਖੇਲ ਬਡ ਮੇਲ ਤਮਾਸ਼ਾ, ਵਾਹ ਗੁਰੂ ਤੇਰੀ ਸਭ ਰਚਨਾ, ਕੀਆ ਖੇਲ ਬਡ ਮੇਲ ਤਮਾਸ਼ਾ, ਵਾਹ ਗੁਰੂ ਤੇਰੀ ਸਭ ਰਚਨਾ। ਹੁਣ ਕਹਿ ਹੋਇਆ ਫਿਰ ਵਾਹ ਗੁਰੂ ਕਿਹਾ ਹੋਇਆ, ਹੁਣ ਤਿੰਨੇ ਤਰੀਕੇ ਹੋ ਗਏ, ਕਿਉਂਕਿ ਦੇਖਿਆ, ਸੁਣਿਆ, ਅਨੁਭਵ ਕੀਤਾ, ਮੁੱਖ ਤੋਂ ਬੋਲਿਆ, ਅਤੇ ਤਿੰਨੇ ਕਿਰਿਆਵਾਂ ਹੋ ਗਈਆਂ ਬਰਾਬਰ। ਤਾਂ ਇਹਨੂੰ ਕਿਹਾ ਜਾਵੇਗਾ ਕਿ ਤੂੰ ਨਾਮ ਦੇ ਵਿੱਚ ਲੱਗ ਗਿਆ, ਲਾਗ ਰਹੋ ਨਾਮੇ। ਕਿੱਥੇ ਆ ਉਹ ਨਾਮ, ਬੜਾ ਵੱਡਾ ਸਵਾਲ ਹੈ ਅੱਜ। ਜਿੱਥੇ ਸਾਰੇ ਗ੍ਰੰਥਾਂ ਦੇ ਵਿੱਚ ਨਾਮ ਦੀ ਬਹੁਤ ਮਹਿਮਾ ਹੈ, ਉੱਥੇ ਸਾਰੇ ਸਾਧੂ ਸੰਤ ਮਹਾਤਮਾ ਗੁਰਮੁਖ ਗੁਰਸਿੱਖ ਪ੍ਰਚਾਰਕ ਜਿਤਨੇ ਵੀ ਮੋਹਤਵਰ ਨੇ, ਜਿਨ੍ਹਾਂ ਦੇ ਨਾਮ ਪਹਿਲਾਂ ਆ ਚੁੱਕੇ ਨੇ, ਜੋਗੀਆਂ ਦਾ ਨਾਮ ਵੀ ਆਇਆ, ਗੰਧਰਵਾਂ ਦਾ ਨਾਮ ਆਇਆ, ਸੁਰ ਦੇਵਤਿਆਂ ਦਾ ਵੀ ਜ਼ਿਕਰ ਆ ਗਿਆ, ਅਤੇ ਮੁਲਾਣਿਆਂ ਦਾ ਜ਼ਿਕਰ ਆ ਗਿਆ, ਸ਼ੇਖ ਪੀਰ ਸਲਾਰ ਸਭਨਾਂ ਦਾ ਜ਼ਿਕਰ ਆ ਗਿਆ। ਸਾਰੇ ਕੁਝ ਕਹਿਣ ਵਾਲੇ ਨੇ, ਕੁਝ ਕੀ, ਸਾਰਿਆਂ ਨੇ ਨਾਮ ਦੀ ਗੱਲ ਕੀਤੀ ਹੈ। ਪਰ ਜਦੋਂ ਉਹ ਨਾਮ ਦੀ ਗੱਲ ਕਹਿੰਦੇ ਨੇ, ਉਹ ਸਾਡੇ ਸਿਰ ਦੇ ਉੱਤੋਂ ਦੀ ਲੰਘ ਜਾਂਦੀ ਆ, ਸਾਡੇ ਸਮਝ ਨਹੀਂ ਪੈਂਦੀ। ਉਹ ਗੁਰੂ ਸਾਹਿਬ ਜੀ ਕਹਿ ਰਹੇ ਨੇ, ਨਾਮ ਦੇ ਵਿੱਚ ਲੱਗ ਜਾਓ ਸਦਾ ਹੀ, ਸਾਸ ਗਿਰਾਸ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਹੁਣ ਸਾਸ ਗਿਰਾਸ ਕਿਵੇਂ ਲੱਗੀ ਹੈ ਨਾਮ ਦੇ ਵਿੱਚ? ਇਹਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ, ਸਤਿਗੁਰੂ ਜੀ ਦੇ ਚਰਨ ਪਕੜਨੇ ਹੀ ਪੈਣਗੇ, ਸ਼ਬਦ ਉਪਦੇਸ਼ ਰੂਪੀ ਚਰਨ ਪਕੜਨੇ ਹੀ ਪੈਣਗੇ, ਤਾਂ ਫਿਰ ਆਪਾਂ ਨੂੰ ਖੋਲ੍ਹਦੇ ਨੇ ਉਹ ਕਪਾਟ ਵੀ ਨਾਮ ਕਹਿੰਦੇ ਕਿਸ ਨੂੰ ਨੇ। ਆਓ ਜਰਕ ਜਪਜੀ ਸਾਹਿਬ ਦੇ ਵਿੱਚ ਉਤਰੀਏ, ਨਾਮ ਦੇ ਬਾਰੇ ਗੁਰੂ ਸਾਹਿਬ ਜੀ ਨੇ ਕੀ ਆਖਿਆ, ਕਿਉਂਕਿ ਬਹੁਤ ਵੱਡਾ ਸਵਾਲ ਹੈ ਇਹ। ਜਿਸ ਜਿਸ ਦਾ ਇਹ ਸਵਾਲ ਹੱਲ ਹੋ ਗਿਆ, ਉਹਨੂੰ ਕੋਈ ਦਿੱਕਤ ਨਹੀਂ ਨਾਮ ਦੇ ਵਿੱਚ ਲੱਗਣ ਦੀ, ਅਤੇ ਜਿਹਦਾ ਹੱਲ ਨਹੀਂ ਹੋਇਆ, ਨਕਸ਼ਾ ਨਹੀਂ ਪਾਸ, ਉਹ ਜ਼ਰੂਰ ਚੱਕਰ ਕੱਢੀ ਜਾਊਗਾ ਸ਼ਹਿਰ ਦੇ, ਪਰ ਅਸਲੀ ਟਿਕਾਣੇ 'ਤੇ ਪਹੁੰਚ ਨਹੀਂ ਸਕੇਗਾ। ਜਪਜੀ ਦੇ ਵਿੱਚ ਉਤਰੀਏ, ਟੁੱਬੀ ਲਾਈਏ, ਬਚਨ ਆਵੇਗਾ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਜਿਤਨਾ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਹੋਇਆ ਪਿਆ, ਸਭ ਨਾਮ ਹੀ ਨਾਮ ਹੈ ਹਸਤੀ। ਜੇ ਇੱਥੇ ਨਾ ਖੁੱਲ੍ਹੇ ਗੱਲ ਗੁੰਝਣ ਨਾ ਖੁੱਲ੍ਹੇ ਵੀ ਨਹੀਂ ਜੀ ਹਾਲੇ ਸਮਝ ਨਹੀਂ ਆਈ ਗੱਲ, ਤਾਂ ਫਿਰ ਸੁਖਮਨੀ ਸਾਹਿਬ ਦੇ ਵਿੱਚ ਟੁੱਬੀ ਮਾਰ ਲਓ, ਇੱਕ ਸਰੋਵਰ ਹੋਰ ਹੈ ਨਾਲੇ, ਉਹਦੇ ਵਿੱਚ ਮਹਾਰਾਜ ਕਹਿੰਦੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੂਰੀਆਂ ਸਭ ਭਵਨ। ਧਾਰੇ ਸਾਰੇ ਜੋ ਕੁਝ ਵੀ ਹੈ, ਹਵਾ ਪਾਣੀ ਧਰਤੀ ਅਗਨੀ ਆਕਾਸ ਆਕਾਰ ਜਿਤਨੇ ਵੀ ਹਨ, ਇਹ ਸਾਰੇ ਤਾਂ ਹੀ ਹਨ ਜੇ ਇਹਨਾਂ ਦੇ ਪਿੱਛੇ ਕੋਈ ਹਸਤੀ ਹੈ, ਕੋਈ ਸ਼ਕਤੀ ਹੈ, ਕੋਈ ਰੌਂ ਹੈ, ਕੁਝ ਪਿੱਛੇ ਚੱਲ ਰਿਹਾ। ਉਸ ਹਸਤੀ ਨੂੰ, ਉਸ ਸ਼ਕਤੀ ਨੂੰ, ਉਸ ਨਿਯਮ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਨਾਮ, ਨਾਮ ਹੀ ਤੇ
सब किछ हुआ अगे फिर शर्त लाती, बिन सतगुर नाम ना जापै। जो कुछ भी होया है सब नाम तो होया, उस हस्ती नू उस शक्ति नू गुरु साहब जी ने नाम कहा, ते ओनू जानन जिहड़ा जानना है ओ उहदा सिमरन बनना है। नाम नू जानना नाम दा सिमरन बनना, जे नाम नू नहीं जानिया तां सिमरन नहीं होना। नाम नू जानना बिजली है, इलैक्ट्रॉनिक पावर है, ये जिहड़े उहदे माहर ने ਉਹ ਭਲੀ ਪ੍ਰਕਾਰ ਜਾਣਦੇ ਨੇ, ਜਿੱਥੇ ਦੇਖਦੇ ਨੇ ਉੱਥੇ ਤਾਰ ਪਕੜ ਕੇ ਖੜ ਜਾਂਦੇ ਨੇ, ਉਹਨੂੰ ਜਿਹਦੇ ਮਰੂੜੀਆਂ ਦੇ ਦਿੰਦੇ ਨੇ ਖੋਲ ਵੀ ਦਿੰਦੇ ਨੇ। ਆਪਾਂ ਲੱਕੜੀ ਸੋਟੇ ਲੈ ਕੇ ਪਿੱਛੇ ਹਟੀ ਜਾਂਦੇ ਹਾਂ ਵੀ ਲੱਗ ਨਾ ਜਾਵੇ ਲੱਗ ਨਾ ਜਾਵੇ। ਉਹਨੇ ਜਾਣ ਲਿਆ, ਜਿਹਨੇ ਜਾਣ ਲਿਆ ਉਹ ਸਿੱਧਾ ਉਹਦੇ ਨਾਲ ਜੁੜਿਆ ਹੋਇਆ ਹੈ, ਜਿਹਨੇ ਨਹੀਂ ਜਾਣਿਆ ਉਹ ਡਰ ਰਿਹਾ ਹੈ। ਇਸੇ ਤਰ੍ਹਾਂ ਹੀ ਸਤਿਗੁਰ ਜੀ ਨੇ ਉਸ ਸ਼ਕਤੀ ਨੂੰ ਉਸ ਹਸਤੀ ਨੂੰ ਉਸ ਰੌਂ ਨੂੰ ਨਾਮ ਕਿਹਾ, ਅਤੇ ਉਸ ਨਾਮ ਨੂੰ ਜਾਣਨਾ ਸਿਮਰਨ। ਜੇ ਨਹੀਂ ਜਾਣਿਆ ਤਾਂ ਆਪਾਂ ਜੁੜ ਨਹੀਂ ਸਕਦੇ, ਉਸ ਰਸ ਨੂੰ ਮਾਣ ਨਹੀਂ ਸਕਦੇ। ਅਤੇ ਲਾਗ ਰਹੋ ਨਾਮੇ, ਹੋਰ ਜਰਕ ਨੇੜੇ ਆ ਚੱਲੀਏ ਆ ਜਾਈਏ। ਪਹਿਲਾਂ ਜੋ ਕੁਝ ਅਸੀਂ ਕੀਤਾ ਸਾਡੇ ਵਡੇਰਿਆਂ ਨੇ ਜਾਂ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਜ਼ਿਕਰ ਕਰ ਦਿੱਤਾ ਸਤਿਗੁਰੂ ਜੀ ਨੇ ਪਹਿਲੀ ਪੌੜੀ ਦੇ ਵਿੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਹਿਲਾਂ ਸਾਰਾ ਕੁਝ ਹੀ ਉਹਨਾਂ ਰਿਜੈਕਟ ਕਰਤਾ ਵੀ ਜਿਹੜਾ ਤੂੰ ਆਹ ਕਰਦਾ ਆ ਰਿਹਾ ਨਾ, ਮਿਲਿਆ ਕਿਤੇ ਕਿਤੇ ਗੱਲ ਬਣੀ ਤਾਂ ਨਹੀਂ, ਉਹ ਨਹੀਂ ਅੱਗੇ ਤੋਂ ਉੱਤਰ ਮਿਲਿਆ ਨਹੀਂ। ਨਹਾ ਧੋ ਕੇ ਵੀ ਦੇਖ ਲਿਆ, ਮੂੰਹ ਬੰਦ ਕਰਕੇ ਵੀ ਦੇਖ ਲਿਆ, ਅੱਖਾਂ ਮੀਟ ਕੇ ਵੀ ਦੇਖ ਲਈਆਂ, ਤੁਰ ਦੁਨੀਆਂ ਦੇ ਪਦਾਰਥ ਇਕੱਠੇ ਕਰ ਕਰਕੇ ਵੀ ਦੇਖ ਲਏ, ਨਾ ਮਨ ਸ਼ਾਂਤ ਹੋਇਆ, ਨਾ ਮਨ ਨਿਰਮਲ ਹੋਇਆ, ਨਾ ਮਨ ਇਕਾਗਰ ਹੋਇਆ, ਨਾ ਮਨ ਦੇਖ ਹੀ ਸਕਿਆ ਆਪਣੇ ਮੂਲ ਨੂੰ। ਅਤੇ ਫਿਰ ਮਹਾਰਾਜ ਨੇ ਸਵਾਲ ਕੀ ਰੱਖਿਆ, ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ, ਜਵਾਬ ਕੀ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਤੇ ਹੁਣ ਇੱਥੇ ਇੱਕ ਸਵਾਲ ਉਪਜਦਾ ਵੀ ਹੁਕਮ ਕੀ ਹੁੰਦਾ ਜੀ, ਹੁਕਮ ਦੀ ਰਜ਼ਾ ਦੇ ਵਿੱਚ ਚੱਲਣਾ, ਵੀ ਮੈਨੂੰ ਤਾਂ ਹੁਕਮ ਦਾ ਹੀ ਨਹੀਂ ਪਤਾ। ਟ੍ਰੈਫਿਕ ਵਾਲਾ ਹੱਥ ਦੇ ਦਿੰਦਾ, ਆਪਾਂ ਕਾਗਜ਼ ਸਾਰੇ ਕੱਢ ਕੇ ਮੂਹਰੇ ਰੱਖ ਦਿੰਦੇ ਹਾਂ, ਉਹ ਕਹਿੰਦਾ ਕਾਗਜ਼ਾਂ ਦੀ ਮੈਨੂੰ ਲੋੜ ਨਹੀਂ, ਤੂੰ ਐਂਟਰੀ ਰੋਂਗ ਕੀਤੀ ਹੈ, ਤੂੰ ਬੈਲਟ ਨਹੀਂ ਲਗਾਈ, ਤੂੰ ਯੂ ਟਰਨ ਗਲਤ ਕਰ ਗਿਆ, ਤੈਨੂੰ ਹੁਕਮ ਦਾ ਨਹੀਂ ਪਤਾ, ਨਿਯਮ ਦਾ ਨਹੀਂ ਪਤਾ, ਸਿਸਟਮ ਦਾ ਨਹੀਂ ਪਤਾ, ਮੈਂ ਇਸ ਕਰਕੇ ਤੈਨੂੰ ਰੋਕਿਆ। ਆਪਾਂ ਨੂੰ ਕਾਗਜ਼ ਦਿਖਾਈ ਜਾਈਏ, ਬਸ ਇੱਦਾਂ ਹੀ ਸਮਝ ਲਈਏ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਜੀ, ਅਸੀਂ ਤਾਂ ਇਸ ਤਰ੍ਹਾਂ ਕਰਦੇ ਹਾਂ, ਆਹ ਕਰਦੇ ਹਾਂ, ਗੁਰੂ ਦੇ ਲਈ ਆਹ ਕਰਦੇ ਹਾਂ, ਉਹ ਕਰਦੇ ਹਾਂ, ਗੁਰੂ ਲਈ ਆਪਾਂ ਕੁਝ ਨਹੀਂ ਕਰ ਸਕਦੇ। ਗੁਰੂ ਨੇ ਸਾਡੇ ਲਈ ਸਭ ਕੁਝ ਕੀਤਾ ਹੋਇਆ, ਉਸ ਨੂੰ ਆਪਾਂ ਜਾਣ ਨਹੀਂ ਪਾਉਂਦੇ। ਅਤੇ ਸਤਿਗੁਰੂ ਜੀ ਨੇ ਨਾਲ ਦੀ ਪੌੜੀ ਵਿੱਚ ਇਹ ਦੱਸਤਾ, ਕਹਿੰਦੇ ਤੂੰ ਭੁਲੇਖੇ 'ਚ ਨਾ ਰਹੀਂ, ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਜੀ ਨੇ ਰਾਹ ਦੱਸ ਦਿੱਤਾ ਔਰ ਫਿਰ ਰਸਤੇ ਨੂੰ ਮਿਣ ਕੇ ਵੀ ਦਿਖਾਇਆ, ਰਸਤੇ ਦੀ ਚੜ੍ਹਾਈ ਲੰਬਾਈ ਜੋ ਕੁਝ ਵੀ ਸਾਰਾ ਦੂਜੀ ਪੌੜੀ 'ਚ ਗੁਰੂ ਜੀ ਨੇ ਵਰਣਨ ਕਰ ਦਿੱਤਾ। ਦੇਖੋ ਤਾਂ ਪੜ੍ਹ ਕੇ ਅੱਜ ਨਾਮ ਅਤੇ ਹੁਕਮ ਨੂੰ ਬੁੱਝਣ ਦੇ ਲਈ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਦੂਜੀ ਪੌੜੀ 'ਚ ਗੱਲ ਬਣ ਜਾਂਦੀ ਆ ਜਿਹਦੀ ਬਣਨੀ ਆ, ਜਿਹਦੀ ਨਹੀਂ ਬਣਨੀ ਜੋ ਕਰਦੇ ਹਾਂ ਉਹ ਤੀਜੀ ਪੌੜੀ 'ਚ ਲਿਖ ਦਿੱਤਾ ਮਹਾਰਾਜਾ ਨੇ ਵੀ ਦੁਨੀਆ ਕਰਦੀ ਕੀ ਆ। ਕੋਈ ਉਹਦੇ ਤਾਣ ਨੂੰ ਗਾਉਂਦਾ, ਕੋਈ ਉਹਦੀ ਨਿਸ਼ਾਨ ਨੂੰ ਗਾਉਂਦਾ, ਕੋਈ ਉਹਦੀਆਂ ਦਾਤਾਂ ਨੂੰ ਗਾਉਂਦਾ, ਕੋਈ ਉਸ ਦੇ ਵਿਹਾਰ ਨੂੰ, ਕੋਈ ਉਹਨੂੰ ਅਲੱਗ ਵਿਖਮ ਭਾਸ਼ਾਵਾਂ 'ਚ ਗਾਉਂਦਾ, ਪਰ ਕਹਿੰਦੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਟੋਟ ਨਹੀਂ ਆਉਂਦੀ ਜਿੰਨਾ ਮਰਜ਼ੀ ਕਥੀ ਜਾਈਏ। ਗੱਲ ਬਣ ਗਈ ਦੂਜੀ ਪੌੜੀ ਦੇ ਵਿੱਚ ਹੀ, ਪਹਿਲੀ ਪੌੜੀ 'ਚ ਰਸਤਾ ਮਿਲ ਗਿਆ, ਦੂਜੀ ਪੌੜੀ 'ਚ ਮੰਜ਼ਿਲ ਮਿਲਦੀ ਹੈ ਜੇ ਤਾਂ ਕਰ ਲਈ ਵਿਚਾਰ।
ਕਿੰਨੇ ਵਧੀਆ ਲਹਿਜ਼ੇ 'ਚ ਭੈਣ ਜੀ ਆਖਦੇ ਨੇ, ਤਰੀਆ ਗੁਰ ਵਿਚਾਰ, ਤਰ ਜਾਈਦਾ ਹੈ ਗੁਰੂ ਦੀ ਵਿਚਾਰ ਦੁਆਰਾ ਸੰਸਾਰ ਸਾਗਰ ਨੂੰ। ਜੇ ਵਿਚਾਰ ਨਹੀਂ ਤਾਂ, ਮੈਨੂੰ ਇੱਕ ਬਜ਼ੁਰਗ ਕਹਿ ਰਿਹਾ ਸੀ, ਕਹਿੰਦੇ ਭਾਈ ਸਾਹਿਬ ਜੀ ਜਦੋਂ ਤਾਂ ਕਥਾ ਹੁੰਦੀ ਹੈ ਸ਼ਬਦ ਦੀ ਤਾਂ ਵਧੀਆ ਲੱਗਦਾ, ਵੀ ਨਹੀਂ ਤਾਂ ਉਹ ਚੁੱਪ ਕਰ ਗਏ ਗਏ। ਤਾਂ ਮੈਂ ਕਿਹਾ ਨਹੀਂ ਤਾਂ ਦੀ ਕੀ ਮਤਲਬ, ਤੁਸੀਂ ਕੁਛ ਕਹਿਣ ਲੱਗੇ ਸੀ? ਕਹਿੰਦੇ ਨਹੀਂ ਤਾਂ ਇੰਝ ਲੱਗਦਾ ਜੀ ਵੀ ਟੀ ਵੀ 'ਤੇ ਇੰਗਲਿਸ਼ ਵਿੱਚ ਖਬਰਾਂ ਚੱਲਦੀਆਂ ਹੋਣ, ਅਨਪੜ੍ਹ ਬੰਦਾ ਅੱਗੇ ਬੈਠਾ ਹੋਵੇ ਅਤੇ ਉਹ ਜਿਹੜਾ ਅਨਾਊਂਸਰ ਹੈ ਨਿਊਜ਼ ਪ੍ਰਸਾਰਣ ਕਰਨ ਵਾਲਾ, ਬਸ ਕਹਿੰਦੇ ਉਹਦੇ ਮੂੰਹ ਵੱਲ ਅਸੀਂ ਦੇਖ ਹੀ ਜਾਂਦੇ ਹਾਂ। ਜਦੋਂ ਵਿਚਾਰ ਚੱਲਦੀ ਹੈ ਤਾਂ ਫਿਰ ਸਮਝ ਪੈਂਦੀ ਹੈ ਵੀ ਆਹ ਤਾਂ ਗੁਰੂ ਸਾਹਿਬ ਜੀ ਨੇ ਮੇਰੇ ਲਈ ਗੱਲ ਕੀਤੀ ਹੈ, ਆਹ ਤਾਂ ਮੇਰੇ ਦੁੱਖ ਦੀ ਗੱਲ ਕੀਤੀ ਹੈ, ਮੇਰੇ ਸੁੱਖ ਦੀ ਕੀਤੀ ਹੈ, ਮੇਰੇ ਪਰਿਵਾਰ ਦੀ ਕੀਤੀ ਹੈ, ਮੇਰੇ ਸਮਾਜ ਦੀ ਕੀਤੀ ਹੈ, ਮੇਰੇ ਦੇਸ਼ ਦੀ ਗੱਲ ਕੀਤੀ ਹੈ, ਮੇਰੀ ਧਰਤੀ ਮਾਂ ਦੀ ਗੱਲ ਕੀਤੀ ਹੈ, ਪਵਨ ਗੁਰੂ ਦੀ ਗੱਲ ਕੀਤੀ ਹੈ, ਪਾਣੀ ਪਿਤਾ ਦੀ ਗੱਲ ਕੀਤੀ ਹੈ, ਚੰਗਿਆਈਆਂ ਬੁਰਾਈਆਂ ਦੀ ਗੱਲ ਕੀਤੀ ਹੈ, ਆਹ ਤਾਂ ਸਤਿਗੁਰ ਜੀ ਨੇ ਮੇਰੇ ਅੰਦਰ ਦੀ ਸਾਰੀ ਉਹ ਮੈਂ ਲਾਹ ਦਿੱਤੀ। ਜਦੋਂ ਵਿਚਾਰ ਹੁੰਦੀ ਹੈ ਸੋ ਬੁੱਝੈ, ਨਾਨਕ ਹੁਕਮ ਹੈ ਜੇ ਬੁੱਝੈ। ਅਤੇ ਇੱਥੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਇਹੀ ਗੱਲ ਕਹਿ ਰਹੇ ਨੇ, ਬਿਰਲਾ ਤਾਂ ਬੁੱਝੈ ਕੋਏ, ਵੀ ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਕੋਈ ਐਸੀ ਥਾਂ ਦੱਸੋ ਜਿੱਥੇ ਉਹ ਨਾ ਹੋਵੇ। ਸਤਿਸੰਗ ਜੀ ਆਪਣੇ ਲਈ ਸਵਾਲ ਹੈ ਇਹ ਵੀ ਗੁਰੂ ਜੀ ਵੱਲੋਂ, ਗੁਰਮੁਖਾਂ ਦੇ ਵੱਲੋਂ, ਵੀ ਕੋਈ ਐਸਾ ਥਾਂ ਦੱਸੋ ਜਿੱਥੇ ਪਰਮੇਸ਼ਰ ਦਾ ਨਾਮ ਨਾ ਹੋਵੇ, ਜਿੱਥੇ ਮਾਲਕ ਨਹੀਂ ਵੱਸਦਾ ਉਹ ਥਾਂ ਦੱਸੋ, ਕੋਈ ਹੈ ਬੁੱਝੋ। ਨਾਨਕ ਤਾਂ ਇਹ ਬੇਨਤੀ ਕਰਦਾ ਕਿ ਉਹ ਸਾਰੇ ਕਿਤੇ ਮੌਜੂਦ ਹੈ। ਅੱਲਾਹ ਅਲਖ ਅਗੰਮ ਕਾਦਰ ਕਰਨ ਹਰ ਕਰੀਮ। ਅੱਲਾਹ ਜਿਸ ਦੇ ਇਹ ਨਾਂ ਰੱਖੇ ਨੇ ਅਸੀਂ, ਅੱਲਾਹ ਅਗੰਮ ਕਾਦਰ ਕਰਨ ਹਾਰ ਕਰੀਮ, ਬਖਸ਼ਿਸ਼ ਕਰਨ ਵਾਲਾ ਹੈ, ਕਰਨ ਵਾਲਾ ਹੈ, ਕਾਦਰ ਕੁਦਰਤ ਦਾ ਮਾਲਕ ਹੈ, ਕੁਦਰਤ ਨੂੰ ਰਚਣ ਵਾਲਾ ਹੈ, ਅਗੰਮ ਇੰਦਰੀਆਂ ਦੀ ਪਹੁੰਚ ਤੋਂ, ਇੰਦਰੀਆਂ ਦੀ ਪਕੜ ਤੋਂ ਬਾਹਰ ਹੈ, ਅਤੇ ਨਾ ਲੱਭਣ ਵਾਲਾ, ਅੱਲਾਹ ਅਲੱਖ ਨਾ ਕਿਸੇ ਉਹ ਲੇਖੇ ਵਿੱਚ ਆਉਣ ਵਾਲਾ, ਜਿਸ ਦੇ ਇੰਨੇ ਨਾਮ ਅਸੀਂ ਰੱਖੇ ਹੋਏ ਹਨ। ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਭਾਈ ਸਾਰੀ ਦੁਨੀਆ, ਦੁਨੀ ਸ਼ਬਦ ਵਰਤਿਆ ਸਾਰੀ ਕਾਇਨਾਤ ਨੂੰ, ਦੁਨੀ ਦੂਜੀ ਕਰਤਾ ਪੁਰਖ ਤੋਂ ਬਿਨਾਂ ਜੋ ਕੁਝ ਵੀ ਹੈ, ਦਿਸਦਾ, ਅਣਦਿਸਦਾ, ਸੁਣਦਾ, ਚੱਖਿਆ ਜਾਂਦਾ, ਅਨੁਭਵ ਹੋ ਰਿਹਾ, ਇਹ ਸਾਰਾ ਹੀ ਆਉਣਾ ਅਤੇ ਜਾਣਾ ਹੈ। ਅਤੇ ਮੁਕਾਮ ਏਕ ਰਹੀਮ, ਪੱਕਾ ਟਿਕਾਣਾ, ਸਦਾ ਰਹਿਣ ਵਾਲਾ, ਜੋ ਪਹਿਲਾਂ ਵੀ ਸੀ ਅੱਜ ਵੀ ਹੈ, ਔਰ ਇਸ ਕਾਇਨਾਤ ਦੇ ਸਮਾਪਤ ਹੋਣ ਤੋਂ ਬਾਅਦ ਵੀ ਉਸ ਹਸਤੀ ਨੇ ਸਥਿਰ ਰਹਿਣਾ ਹੈ। ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ। ਆ ਇੱਕ ਹੋਰ ਸਾਡੇ ਲਈ ਗੁਰੂ ਸਾਹਿਬ ਜੀ ਨੇ ਸਬੂਤ ਸਾਡੇ ਸਾਹਮਣੇ ਰੱਖਿਆ ਭਾਈ, ਜਿਹੜਾ ਮੁਕਾਮ, ਮੁਕਾਮ ਦੀ ਆਪਾਂ ਗੱਲ ਕਰਦੇ ਹਾਂ ਨਾ, ਬਹਿੰਦੇ ਹਾਂ ਸਾਰੇ ਹੀ, ਉਹ ਹਸਤੀਆਂ ਮੰਨੀਆਂ ਪਰਮੰਨੀਆਂ ਵੀ, ਆਪਾਂ ਤਾਂ ਗ੍ਰਹਿਸਤੀਆਂ ਫਿਰ ਵੀ ਆਲਣੇ ਬਣਾਉਣੇ ਹੀ ਪੈਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁਕਾਮ ਤਾਂ ਅਸਲ ਵਿੱਚ ਉਹ ਹੁੰਦਾ ਜਿਹਦੇ ਸਿਰ 'ਤੇ ਲੇਖ ਨਾ ਹੋਵੇ। ਆਪਾਂ ਸ਼ਹਿਰ, ਸ਼ਹਿਰੀਕਰਨ ਹੋ ਚੁੱਕਿਆ, ਮਕਾਨ ਕਿਰਾਏ 'ਤੇ ਦੇਣੇ ਅਤੇ ਲੈਣੇ, ਅਤੇ ਉੱਥੇ ਕਾਨੂੰਨ ਬਣਾਏ ਜਾਂਦੇ ਨੇ ਭਈ ਜੇ ਲੈਣਾ ਤਾਂ ਇਹ ਪ੍ਰਕਿਰਿਆ ਕਰ ਲਿਆ ਕਰੋ, ਭਾਈ ਰਹਿਣ ਵਾਲਿਆ ਮਾਲਕ ਤੋਂ ਤੂੰ ਇਸ ਤਰ੍ਹਾਂ ਦਾ ਸ਼ਬਦ ਲਿਖਾ ਲਈ, ਅਤੇ ਮਾਲਕ ਨੂੰ ਕਿਹਾ ਜਾਂਦਾ ਕਿਰਾਏਦਾਰ ਤੋਂ ਤੂੰ ਇਸ ਤਰ੍ਹਾਂ ਦੇ ਸ਼ਬਦ ਲਿਖਾ ਲਈ, ਕਿਤੇ ਉਹੀ ਨਾ ਮਾਲਕ ਬਣ ਬੈਠੇ। ਦੋਨਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਵਿਚਾਲੇ, ਭਈ ਤੂੰ ਮਕਾਨ ਕਿਰਾਏ 'ਤੇ ਲੈਣਾ, ਦੇਖੀ ਕਿਤੇ ਉੱਧਰ ਤੇਰੇ ਬੱਚਿਆਂ ਦੇ ਪੇਪਰ ਆ ਜਾਣ, ਅਤੇ ਮਾਲਕ ਕਹਿ ਦੇਵੇ ਮਕਾਨ ਖਾਲੀ ਕਰ, ਤੂੰ ਇਸ ਤਰ੍ਹਾਂ ਦੇ ਸ਼ਬਦ ਲਿਖਾ ਲਈ, ਅਤੇ ਮਕਾਨ ਵਾਲੇ ਨੂੰ ਕਿਹਾ ਜਾਂਦਾ ਤੂੰ ਇਸ ਤਰ੍ਹਾਂ ਦਾ ਐਫੀਡੈਵਿਟ ਲੈ ਲਈ, ਕਿਤੇ ਐਸਾ ਨਾ ਹੋਵੇ ਭਈ ਜਿਹੜਾ ਕਿਰਾਏਦਾਰ ਏ ਮਾਲਕ ਬਣ ਜਾਵੇ। ਦੋਨੋਂ ਪਾਸੇ ਦੋਨਾਂ ਨੂੰ ਸੁਚੇਤ ਕੀਤਾ ਜਾਂਦਾ, ਕਾਨੂੰਨ ਦੇ ਵੱਲੋਂ, ਨਿਯਮ ਦੇ ਵੱਲੋਂ, ਜਿਹੜਾ ਹੁਕਮ ਹੈ ਆਪਣੀ ਮਿੱਥੀ ਜਾਂ ਸਿਰਜੀ ਹੋਈ ਹਕੂਮਤ ਦਾ, ਸਰਕਾਰ ਦਾ, ਉਹਦੇ ਵੱਲੋਂ ਲੇਖ ਲਿਖਾਇਆ ਜਾਂਦਾ, ਤਾਂ ਜਿਹਦੇ 'ਤੇ ਲਿਖਿਆ ਗਿਆ ਲੇਖ ਸਬੂਤ ਹੋ ਗਿਆ ਵੀ ਇਹ ਜਾਵੇਗਾ। ਮਹਾਰਾਜ ਕਹਿੰਦੇ ਜਿਹਦੇ ਸਿਰ ਦੇ ਉੱਤੇ ਲੇਖ ਨਹੀਂ ਉਹ ਮੁਕਤ ਹੈ, ਅਤੇ ਉਹ ਕੌਣ ਹੈ? ਉਹ ਕੇਵਲ ਇੱਕ ਰਹੀਮ, ਇੱਕ ਕਰੀਮ ਹੈ,
जिस ने अपने आप तो यह सृष्टि नूं साजिया है। सब तो पहला अमृत वेले यही होका मिलदा बाणी चों, आपी ने आप साजियो आपी ने रचियो नाओ, दुई कुदत साजी है कर आसन डिठो चाओ, दाता करता आप तू तुस देवै करे पसाओ, तू जान उई सब सह दे लैसै जिंद कवाओ, कर आसन डिठो चाओ। उहदे सिर ते कोई लेख नहीं, बाकी सारा कुछ लेखे विच है। असमान धरती चल सी मुकाम ओही एक। आ विज्ञानक दृष्टिकोण है सतगुरु बाबे नानक दा, क्योंकि विज्ञान जिहड़ा है विज्ञानक ऐसी किरिया जिहड़ी सानूं प्रतख कर करके दिखा रही है, और मनुख दी होणी दा प्रमाण भी विज्ञान ही है। कई बार इस धार्मिक लोग विज्ञान नूं निंददे सुणीदे ने, उत्थे मन नूं शंका हुंदा वी इह बाबे नानक दे चरणां विच क्यों नहीं खड़दे, जिन्हां ने पाताला पाताल आगासा आगास ओड़क ओड़क भाल थके वेद कहन एक वात दी गल आखी, साडे लई राह खोल दिते भई ना सत्त है ना चौदह है, ये बहुत ने, जिन तू गिणी चली होर खोजी चली होर खोजी चली, तू वाह वाह दे विच पहुँच खोज खोज के। जिन्हां ने HO2 दे सिद्धांत तो भी अगली गल कर दिती, क्योंकि जदों विज्ञान की अख नाल असीं देखदे हां ਤਾਂ ਸਾਨੂੰ ਨਜ਼ਰ ਕੀ ਆਉਂਦਾ, ਅੱਜ ਅਸੀਂ ਮਨੁੱਖ ਹਾਂ, ਅਸੀਂ ਪਹਿਲਾਂ ਬਾਂਦਰ ਹੋਵਾਂਗੇ ਬਣਮਾਣਸ ਹੋਵਾਂਗੇ, ਉਹ ਤੋਂ ਪਹਿਲਾਂ ਪਸ਼ੂ ਹੋਵਾਂਗੇ ਜਾਂ ਪੰਛੀ ਹੋਵਾਂਗੇ, ਉਹ ਤੋਂ ਪਹਿਲਾਂ ਕੀੜੇ ਕਿਰਮ ਜੀ ਜੰਤ ਹੋਣਗੇ, ਉਹ ਤੋਂ ਪਹਿਲਾਂ ਦਰੱਖਤ ਹੋਣਗੇ ਜੜੀਆਂ ਬੂਟੀਆਂ ਹੋਣਗੀਆਂ ਬੈਕਟੀਰੀਆ ਹੋਊਗਾ, ਉਹ ਤੋਂ ਪਹਿਲਾਂ ਧਰਤੀ ਬਣੀ ਹੋਵੇਗੀ, ਧਰਤੀ ਤੋਂ ਪਹਿਲਾਂ ਪਾਣੀ ਬਣਿਆ ਹੋਊਗਾ, ਪਾਣੀ ਕਿੱਥੋਂ ਬਣਿਆ ਹੋਊਗਾ, ਹਾਈਡਰੋਜਨ ਅਤੇ ਆਕਸੀਜਨ ਦੇ ਮੇਲ ਦੇ ਨਾਲ, ਅਤੇ ਹਾਈਡਰੋਜਨ ਅਤੇ ਆਕਸੀਜਨ ਕਿੱਥੋਂ ਬਣੀ, ਉੱਥੇ ਸਾਡੀ ਵਿਗਿਆਨ ਦੀ ਅੱਖ ਖੜ ਜਾਂਦੀ ਹੈ। ਬਾਬਾ ਨਾਨਕ ਜੀ ਗੱਲ ਉੱਥੋਂ ਸ਼ੁਰੂ ਕਰਦੇ ਹੈ, ਸੱਚ ਹੈ ਤੇ ਪਵਣਾ ਭਇਆ, ਪਵਣਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੱਚ ਤੋਂ ਪਵਣ, ਪਵਣ ਤੋਂ ਪਾਣੀ, ਪਾਣੀ ਤੋਂ ਧਰਤੀ, ਧਰਤੀ ਤੇ ਤਿੰਨੇ ਭਵਨ, ਤਿੰਨੇ ਭਵਨਾਂ ਦੇ ਵਿੱਚ ਜੀਵਨ ਦਾ ਪ੍ਰਵਾਹ ਚੱਲਿਆ, ਉਹ ਪ੍ਰਵਾਹ ਦੇ ਵਿੱਚੋਂ ਆਪਾਂ ਨੂੰ ਇੱਕ ਐਸਾ ਥਾਂ ਮਿਲ ਗਿਆ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਹੈ, ਆਪਾਂ ਸਾਰਿਆਂ ਨੂੰ ਤੱਕ ਸਕਦੇ ਹਾਂ, ਮਨੁੱਖ ਦੇ ਕੋਲ ਤੀਕਸ਼ਣ ਬੁੱਧ ਆ ਗਈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਭਾਈ ਆ ਧਰਤੀ ਵੀ ਖਤਮ ਹੋ ਰਹੀ ਹੈ, ਹੁਣ ਵਿਗਿਆਨੀ ਕਹਿ ਰਿਹਾ ਵੀ ਧਰਤੀ ਦੇ ਧਰੁਵ ਹਿੱਲ ਰਹੇ ਨੇ, ਕਦੀ ਵੀ ਹਾਂ ਹੋ ਸਕਦਾ ਹਜ਼ਾਰ ਸਾਲ ਲੱਗ ਜਾਣ, ਲੱਖ ਵੀ ਲੱਗ ਸਕਦੇ ਨੇ। ਧਰੁਵਾਂ ਦੇ ਨਾਲ ਕਿੰਨਾ ਗਹਿਰਾ ਸੰਬੰਧ ਹੈ ਵੀ ਧਰੁਵਾਂ 'ਤੇ ਜਿਹੜਾ ਗਲੇਸ਼ੀਅਰ ਪਿਘਲ ਰਿਹਾ, ਉਸ ਪਿਘਲਣ ਦੇ ਨਾਲ ਜਿਹੜਾ ਧਰਤੀ ਦਾ ਸੰਤੁਲਨ ਹੋ ਸਕਦਾ ਕਿਤੇ ਨਾ ਕਿਤੇ ਅਸੰਤੁਲਨ ਹੋ ਜਾਵੇ, ਬੈਲੈਂਸ ਵਿਗੜ ਜਾਵੇ ਤਾਂ ਸਾਰਾ ਕੁਝ ਉਲਟ ਵੀ ਹੋ ਸਕਦਾ ਵੀ ਧਰਤੀ ਹੁਣ ਜਿਹੜੇ ਪਾਸੇ ਚੱਕਰ ਕੱਢਦੀ ਹੈ ਹੋ ਸਕਦਾ ਦੂਜੇ ਪਾਸੇ ਨੂੰ ਘੁੰਮ ਸਕਦੀ ਹੈ, ਹੋ ਸਕਦਾ ਵਿਗਿਆਨ ਦੀ ਅੱਖ ਨਾਲ ਦੇਖਿਆ। ਅਤੇ ਸਤਿਗੁਰੂ ਬਾਬੇ ਨੇ 500 ਸਾਲ ਪਹਿਲਾਂ ਕਹਿ ਦਿੱਤਾ ਇਹ ਸਾਰੇ ਹੀ ਚੱਲਣ ਵਾਲੇ ਨੇ, ਸਾਰੇ ਹੀ ਖਤਮ ਹੋਣ ਵਾਲੇ ਹਨ। ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਿਕਾ ਲੱਖ ਪਲੋਇ। ਦਿਨ ਸੂਰਜ, ਰਾਤ ਚੰਦਰਮਾ, ਚੱਲੈ ਇਹ ਵੀ ਜਾ ਰਹੇ ਨੇ, ਤਾਰਕਾ ਲੱਖ ਪਲੋਏ ਲੱਖਾਂ ਹੀ ਜਿਹੜੇ ਤਾਰੇ ਨਜ਼ਰ ਆਉਂਦੇ ਨੇ ਵਿਗਿਆਨਕ ਅੱਖ ਨਾਲ ਦੇਖਿਆ, ਧਰਤੀ ਨਾਲੋਂ ਸੂਰਜ ਨਾਲੋਂ ਵੀ ਵੱਡੇ ਵੱਡੇ ਆਕਾਰਾਂ ਦੇ ਨੇ ਇਹ ਤਾਰੇ, ਪਰ ਕਹਿੰਦੇ ਇਹ ਵੀ ਖਤਮ ਹੋ ਰਹੇ ਨੇ, ਇਹ ਵੀ ਪਲੋ ਹੋ ਰਹੇ ਹਨ, ਖਤਮ ਹੋ ਰਹੇ ਹਨ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਨਾਨਕਾ ਸੱਚ ਬਗੋਏ, ਕਹਿ ਦੇ ਸੱਚ, ਇਹ ਵੀ ਇੱਕ ਅੰਦਾਜ਼ ਹੈ ਸਤਿਗੁਰੂ ਨਾਨਕ ਦੇਵ ਜੀ ਦਾ, ਕਹਿ ਦੇ ਸੱਚ, ਬੜਾ ਔਖਾ ਹੈ ਕਹਿਣਾ, ਥੜੇ ਦੇ ਉੱਤੇ ਖੜ ਕੇ ਕਹਿਣਾ, ਜਿਸ ਥੜੇ ਦੇ ਆਲੇ ਦੁਆਲੇ ਜੋਗੀ ਵੀ ਹੋਣ, ਪੰਡਿਤ ਵੀ ਹੋਣ, ਮੁਲਾਣੇ ਕਾਜੀ ਵੀ ਹੋਵਣ, ਔਰ ਹੋਰ ਗ੍ਰਹਿਸਥੀ ਸੰਸਾਰ ਸਾਰਾ ਹੀ ਤੱਕ ਰਿਹਾ ਹੋਵੇ, ਇੱਕੋ ਅੰਕਾਰ ਕਹਿਣ ਵਾਲੇ ਵੱਲ ਵੀ ਹੁਣ ਇਹ ਕੀ ਆਖਣ ਲੱਗਿਆ, ਕਿਉਂਕਿ ਮਨੁੱਖੀ ਇਤਿਹਾਸ ਨੂੰ ਪੜ੍ਹੀਏ ਜਾਂ ਵਿਗਿਆਨਕ ਮਨੁੱਖਾਂ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਕਈ ਵਿਗਿਆਨੀ ਬਲੀ ਚੜ ਗਏ ਉਹਨਾਂ ਲੋਕਾਂ ਦੇ ਹੱਥੀਂ ਜਿਨ੍ਹਾਂ ਨੂੰ ਉਹਨਾਂ ਨੇ ਨਕਸ਼ੇ ਬਣਾ ਬਣਾ ਦਿੱਤੇ ਸਨ, ਗੈਲੀਲੀਓ ਵਰਗੇ, ਨਿਊਟਨ ਵਰਗੇ। ਇਹਨਾਂ ਵਿਗਿਆਨੀਆਂ ਦੀ ਜੇ ਹਿਸਟਰੀ ਪੜ੍ਹੀਏ ਕਿੰਨੀਆਂ ਦਿੱਕਤਾਂ ਵਿੱਚੋਂ ਦੀ ਲੰਘੇ, ਕੀ ਖੱਟਿਆ ਤੁਸੀਂ, ਇੰਨਾ ਕੁਝ ਸਾਡੇ ਲਈ ਕਰ ਗਏ,
ਜੁੜਾ ਕੁਝ ਅਸੀਂ ਸੁਰਜੀ ਬੈਠੇ ਹਾਂ, ਮਾਈਕ ਮੇਰੇ ਅੱਗੇ ਲੱਗਾ, ਕੈਮਰੇ ਲੱਗੇ ਹੋਏ ਨੇ, ਸਾਰਾ ਮੀਡੀਆ ਚੱਲ ਰਿਹਾ ਹੈ, ਇਹਨੇ ਸਾਨੂੰ ਕਿੰਨਾ ਨੇੜੇ ਕਰ ਦਿੱਤਾ। ਧਰਤੀ 'ਤੇ ਬੈਠਿਆਂ ਨੂੰ ਤਾਂ ਕਰਨਾ ਹੀ ਸੀ, ਆਪਾਂ ਪੁਲਾੜ ਦੀ ਯਾਤਰਾ ਵੀ ਕਰਦੇ, ਅਤੇ ਉਹਨਾਂ ਲੋਕਾਂ ਨੇ ਕਿੰਨੇ ਸਾਨੂੰ ਜਿੱਲਣ ਦੇ ਵਿੱਚੋਂ ਕੱਢਿਆ, ਅੰਧਕੂਪ ਦੇ ਵਿੱਚੋਂ ਕੱਢਿਆ, ਅਤੇ ਬਾਬਾ ਨਾਨਕ ਜੀ ਵੀ ਉਸੇ ਥੜੇ 'ਤੇ ਖੜ੍ਹੇ ਨੇ। ਉਹਨਾਂ ਦਾ ਅੰਦਾਜ਼ ਬਹੁਤ ਪਿਆਰਾ ਹੈ, ਉਹ ਸਾਨੂੰ ਸਵਾਲ ਕਰਕੇ ਸਮਝਾਉਂਦੇ ਨੇ ਕਿ ਤੂੰ ਹੀ ਦੱਸ ਭਾਈ, ਫਿਰ ਜੇ ਇਹ ਗੱਲ ਹੈ ਭਈ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ, ਤੇਰੇ ਸ਼ਬਦਾਂ ਵਿੱਚ ਜੇ ਇਹ ਸੱਚ ਹੈ ਭਈ ਧੌਲਾ ਬਲਦ ਹੁੰਦਾ ਕੋਈ, ਤਾਂ ਫਿਰ ਮੈਨੂੰ ਦੱਸ, ਮੇਰੇ ਅੰਦਰ ਸ਼ੰਕਾ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੇ ਸਚਿਆਰ। ਹੁਣ ਬੁੱਝੈ ਸ਼ਬਦ ਦੇਖੋ ਕਿੰਨੀ ਵਾਰ ਆ ਰਿਹਾ, ਬੁੱਝੈ ਪੜ੍ਹਨ ਨੂੰ ਬਹੁਤ ਕਿਹਾ ਗੁਰੂ ਜੀ ਨੇ ਬਾਣੀ ਦੇ ਵਿੱਚ, ਗਾਉਣ ਲਈ ਵੀ ਕਿਹਾ, ਪਰ ਜਿਹੜਾ ਬੁੱਝੈ ਸ਼ਬਦ ਹੈ ਇਹਨੂੰ ਬਹੁਤ ਪਿਆਰ ਦੇ ਨਾਲ ਇਹੋ ਜਿਹੇ ਥਾਂ 'ਤੇ ਜਾ ਕੇ ਉਹ ਦਾਗਦੇ ਨੇ, ਜਿਵੇਂ ਇੱਕ ਤੀਰ ਚਲਾਈਦਾ ਐਂ ਨਿਸ਼ਾਨੇ 'ਤੇ ਵੱਜੇ, ਕਿ ਜੇ ਤਾਂ ਬੁੱਝ ਗਿਆ ਫਿਰ ਤਾਂ ਸਚਿਆਰ, ਜੇ ਬੁੱਝ ਗਿਆ ਹਉਮੈ ਦੀ ਵਾਰ ਟੁੱਟ ਗਈ, ਜੇ ਬੁੱਝ ਗਿਆ ਤਾਂ ਫਿਰ ਦੁਨੀਆ ਕੈਸ ਮੁਕਾਮੇ ਦੀ ਗੱਲ ਆ ਜਾਏਗੀ ਸਮਝ, ਅਤੇ ਤੇਰੇ ਕੋਲ ਕੀ ਰਹਿ ਜਾਵੇਗਾ, ਕਰਨੀ ਕਰ ਸਿਦਕ ਕਰਨੀ, ਖਰਚ ਬੰਧੋ ਲਾਗ ਰਹੋ ਨਾਮੇ, ਫਿਰ ਤੂੰ ਨਾਮ ਦੇ ਵਿੱਚ ਲੱਗ ਜਾਵੇਂਗਾ, ਨਾਮ 'ਚ ਰੰਗਿਆ ਜਾਵੇਂਗਾ। ਤਾਂ ਮਹਾਰਾਜ ਕਹਿੰਦੇ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਨਾਨਕਾ ਹੁਣ ਸੱਚੀ ਗੱਲ ਕਹਿ ਦੇ, ਕਿਹੜੀ ਗੱਲ ਕਹੀ ਸੱਚੀ, ਭਈ ਰਹਿਣ ਵਾਲਾ ਤਾਂ ਇੱਕ ਪਰਮੇਸ਼ਰ ਹੈ, ਬਾਕੀ ਜੋ ਕੁਝ ਵੀ ਹੈ, ਧਰਤੀ ਵੀ ਸੂਰਜ ਵੀ ਚੰਦਰਮਾ ਵੀ ਤਾਰੇ ਵੀ ਆਕਾਸ਼ ਵੀ, ਇਹ ਸਾਰੇ ਹੀ ਖਤਮ ਹੋਣ ਵਾਲੇ ਨੇ। ਪਰ ਉਸ ਵੇਲੇ ਕਹਿਣਾ ਬੜਾ ਮੁਸ਼ਕਲ ਸੀ ਜਦੋਂ ਬਾਬਾ ਨਾਨਕ ਜੀ ਨੇ ਕਿਹਾ ਵੀ ਧਰਤੀ ਖਤਮ ਹੋਣ ਵਾਲੀ ਹੈ, ਸੂਰਜ ਖਤਮ ਹੋਣ ਵਾਲਾ ਹੈ, ਤਾਂ ਇਹਨਾਂ ਦੇ ਨਾਂ 'ਤੇ ਇਹਨਾਂ ਨੂੰ ਦੇਵੀ ਦੇਵਤੇ ਥਾਪ ਕੇ ਮੰਨ ਕੇ ਮਨਾ ਕੇ ਕਿੰਨਿਆਂ ਦੀ ਰੋਜ਼ੀ ਰੋਟੀ ਚੱਲਦੀ ਸੀ, ਉਹਨਾਂ ਨੂੰ ਸੱਟ ਵੱਜਦੀ ਸੀ। ਮੈਂ ਸੁਣ ਰਿਹਾ ਸੀ ਕਿਤੇ ਡਿਸਕਵਰੀ 'ਤੇ ਵੀ ਜਿਸ ਵਿਗਿਆਨੀ ਨੇ ਜਨਰੇਟਰ ਬਣਾਇਆ ਅਤੇ ਆਈਸ ਬਾਕਸ ਤਿਆਰ ਕੀਤਾ ਇਹ 1876 ਵਿੱਚ ਹੀ, ਉਦੋਂ ਉਸ ਨੂੰ ਉਸ ਵੇਲੇ ਦੀਆਂ ਕੋਇਲਾ ਕੰਪਨੀਆਂ ਦੇ ਮਾਲਕਾਂ ਨੇ ਸਪੋਰਟ ਦੇਣੀ ਬੰਦ ਕਰ ਦਿੱਤੀ ਅਤੇ ਉਲਟਾ ਉਸ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਜੇ ਇਹਨੇ ਸੋਲਰ ਪਾਵਰ ਚਲਾ ਦਿੱਤੀ ਤਾਂ ਸਾਡਾ ਕੰਮ ਧੰਦਾ ਠੱਪ ਹੋ ਜਾਣਾ। ਉਹ ਕਹਿ ਰਿਹਾ ਸੀ ਵੀ ਮੈਂ ਨਹੀਂ ਤੁਹਾਡੇ ਨਾਲ ਚੱਲਾਂਗਾ, ਕਿਉਂਕਿ ਤੁਸੀਂ ਕੋਇਲਾ ਫੂਕਦੇ ਹੋ, ਇਹਦੇ ਨਾਲ ਕਾਰਬਨ ਡਾਈਆਕਸਾਈਡ ਵੱਧਦੀ ਹੈ, ਲੋਕਾਂ ਦੀ ਚਮੜੀ 'ਤੇ ਅਸਰ ਪੈ ਰਿਹਾ ਗਲਤ, ਮੈਂ ਐਸਾ ਕਰਨ ਵਿੱਚ ਰਾਜ਼ੀ ਨਹੀਂ, ਤੁਸੀਂ ਉਸ ਪਾਵਰ ਨੂੰ ਸੂਰਜ ਤੋਂ ਪਾਵਰ ਲਓ ਅਤੇ ਆਪਣਾ ਜੀਵਨ ਨੂੰ ਚਲਾਓ। ਗੁਰੂ ਨਾਨਕ ਸਾਹਿਬ ਕੁਝ ਐਸੇ ਹੀ ਕਹਿ ਰਹੇ ਨੇ ਬਚਨਾਂ ਦੇ ਵਿੱਚ ਕਿ ਜਿਹੜੀ ਤਾਕਤ ਨੇ, ਜਿਸ ਹਸਤੀ ਨੇ ਸਾਰੇ ਸੰਸਾਰ ਨੂੰ ਬਣਾਇਆ, ਉਹ ਹਸਤੀ ਸਾਡੇ ਰੋਮ ਰੋਮ ਵਿੱਚ ਹੈ, ਉਹ ਸਾਡੇ ਦਿਲ ਦੀ ਧੜਕਣ ਹੈ, ਉਹ ਸਾਡੇ ਨਬਜ਼ ਦੀ ਫਰਕਣ ਹੈ, ਉਹ ਸਾਡੀਆਂ ਅੱਖਾਂ ਦੀ ਨਿਗਾਹ ਹੈ, ਉਹ ਸਾਡੇ ਦਿਮਾਗ ਦੇ ਪਿੱਛੇ ਇੱਕ ਪਾਵਰ ਬਣ ਕੇ ਚੱਲ ਰਹੀ ਹੈ, ਉਸ ਦੇ ਨਾਲ ਜੁੜ ਜਾਓ, ਉਸ ਨੂੰ ਖੋਜ ਲਓ, ਅਤੇ ਬਾਕੀ ਸਾਰਾ ਅਡੰਬਰ ਹੈ ਇਸ ਨੂੰ ਛੱਡ ਦਿਓ, ਅਡੰਬਰੀਆਂ ਨੂੰ ਤਾਂ ਦੁੱਖ ਲੱਗਣਾ ਹੀ ਹੈ। ਅਤੇ ਬਾਬੇ ਨਾਨਕ ਨੇ ਥੜੇ 'ਤੇ ਗਰ ਖੜ ਕੇ ਇਹ ਗੱਲ ਆਖੀ ਹੈ ਅਤੇ ਕਿਹਾ ਨਾਨਕਾ ਹੁਣ ਕਹਿ ਦੇ ਸੱਚ, ਕੀ ਕਹਿ ਦੇ, ਧਰਤੀ ਵੀ ਸੂਰਜ ਵੀ ਚੰਦਰਮਾ ਵੀ ਸਮੁੰਦਰ ਵੀ ਆਕਾਸ਼ ਵੀ ਤਾਰੇ ਵੀ ਸਾਰੇ ਹੀ ਮਿਟਣ ਵਾਲੇ ਨੇ, ਰਹਿਣ ਵਾਲਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ, ਹੁਕਮ ਹੈ, ਨਿਯਮ ਹੈ, ਅਤੇ ਉਸ ਨੂੰ ਸਮਝਣ ਦੇ ਲਈ ਉਹਨਾਂ ਨੇ ਸਾਡੇ ਪਾਸ ਇੰਨਾ ਵੱਡਾ ਖਜ਼ਾਨਾ ਦੇ ਦਿੱਤਾ, ਇਸ ਖਜ਼ਾਨੇ ਨੂੰ ਖੋਲ੍ਹਿਆ ਕਰੀਏ। ਜਿਹੜਾ ਵੀ ਸਾਧਨ ਮਿਲ ਗਿਆ, ਜੇ ਮੀਡੀਆ ਮਿਲਿਆ, ਫਤਿਹ ਚੈਨਲ ਮਿਲਿਆ, ਤਾਂ ਇਹਦੇ ਰਾਹੀਂ ਆਓ ਖੋਜਿਆ ਕਰੀਏ। ਖੋਜੀ ਬਿਗਸੈ ਬਾਦੀ ਬਿਨਸੈ, ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਮੰਗਦਾ। ਦਾਸ ਨੂੰ ਸਬੱਬ ਬਣਿਆ ਹੈ ਆਪ ਸੰਗਤਾਂ ਦੇ ਸਹਿਯੋਗ ਨਾਲ, ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੈਂ, ਯਹੀਂ ਸੇ ਬਣ ਕੇ ਸਿਆਰੇ ਗਏ ਅਸਮਾਂ ਕੇ ਲੀਏ, ਗਰ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਸ ਧਰਤੀ ਦਾ ਵੀ ਸ਼ੁਕਰਗੁਜ਼ਾਰ ਹਾਂ ਜਿੱਥੇ ਸੇਵਾ ਨਿਭਾਉਂਦੇ ਹਾਂ, ਆਪ ਸੰਗਤਾਂ ਦਾ ਇਹ ਸਬੱਬ ਬਣਿਆ, ਅਤੇ ਉਸ ਧਰਤੀ ਤੋਂ
ਉਹਨਾਂ ਮਹਾਨ ਹਸਤੀਆਂ ਤੋਂ ਲੈ ਕੇ ਸੇਧ ਆਪ ਸੰਗਤਾਂ ਤੱਕ ਪਹੁੰਚਣ ਦਾ ਇਹ ਨਿੱਕਾ ਜਿਹਾ ਯਤਨ ਉਪਰਾਲਾ ਬਣਿਆ ਹੈ। ਸੋ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ ਸਾਹਿਬ ਦਾ ਕੋਟਾਨਕੋਟ ਧੰਨਵਾਦ। ਫਤਿਹ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਕਰੀਏ।